ਕੰਟਰੀ ਤੇ ਪੰਜਾਬੀ ਜਿੱਥੇ ਵੀ ਜਾਣ ਆਪਣੇ ਨਾਲ ਆਪਣੀ ਪਹਿਚਾਣ ਆਪਣਾ ਸੱਭਿਆਚਾਰ ਆਪਣੇ ਰੀਤੀ ਰਿਵਾਜ਼ ਤੇ ਆਪਣੀ ਟੌਰ ਪੰਜਾਬੀ ਨਾਲ ਲੈ ਕੇ ਜਾਂਦੇ ਆ। ਟੌਰ ਬੇਸਿਕਲੀ ਕਿਹਾ ਜਾਂਦਾ ਪੰਜਾਬੀਆਂ ਦੀ ਅਣਖ ਨੂੰ, ਅਣਖ ਨਾਲ ਜਿਉਣਾ ਇਸ ਗੱਲ ਵਿੱਚ ਨਹੀਂ ਕੋਈ ਖਰਾਬੀ, ਅਣਖ ਨਾਲ ਜਿਉਣਾ ਇਸ ਗੱਲ ਵਿੱਚ ਨਹੀਂ ਕੋਈ ਖਰਾਬੀ, ਪੱਗਾਂ ਪੋਚਵੀਆਂ ਬਣ ਕੇ ਰੱਖਣੀ ਟੌਰ ਨਵਾਬੀ। ਆਓ ਫਿਰ ਅਸੀਂ ਸਾਰੇ ਪਾਈਏ ਭੰਗੜਾ ਕਿਉਂਕਿ ਅਸੀਂ ਹਾਂ ਸਾਰੇ ਪੰਜਾਬੀ ਤੇ ਪੰਜਾਬੀ ਜਦੋਂ ਖੁਸ਼ ਹੁੰਦੇ ਦੋ ਹੀ ਕੰਮ ਕਰਦੇ ਆ, ਹੱਸਦੇ ਆ ਯਾਰਾਂ ਦੇ ਨਾਲ ਬਹਿ ਕੇ ਤੇ ਫਿਰ ਨੱਚਦੇ ਆ ਯਾਰਾਂ ਦੇ ਨਾਲ ਬਹਿ ਕੇ। ਡਾਂਸ ਫਲੋਰ ਸਟੇਜ ਤੇ ਸਾਰਿਆਂ ਨੇ ਨੱਚਣਾ ਆ ਪੰਜਾਬੀਆਂ ਨੇ ਤੇ ਆਡੀਅੰਸ ਸਟੇਜ ਤੇ ਆ ਰਹੇ ਨੇ ਉਹ ਪੰਜਾਬੀ ਜਿਹੜੇ ਪੰਜਾਬੀ ਭੰਗੜੇ ਨੂੰ ਪੂਰੇ ਵਰਲਡ ਦੇ ਵਿੱਚ ਪ੍ਰਮੋਟ ਕਰ ਰਹੇ ਆ, ਆਪਣੀ ਪਹਿਚਾਣ ਬਣਾ ਰਹੇ ਆਪਣੀ ਪਰਫਾਰਮੈਂਸ ਦੇ ਨਾਲ ਭੰਗੜੇ ਦੇ ਨਾਲ। ਔਰ ਸਟੇਜ ਤੇ ਜਿਹਨਾਂ ਪੰਜਾਬੀਆਂ ਨੂੰ ਮੈਂ ਇਨਵਾਈਟ ਕਰ ਰਿਹਾ ਵਾਂ ਉਹ ਵਾਕਈ ਪੰਜਾਬ ਦੇ ਬੈਸਟ ਪਰਫਾਰਮਰ ਨੇ। ਲੈ ਕੇ ਆ ਰਹੇ ਨੇ ਸ਼ੋਅ ਦੀ ਸੈਕਿੰਡ ਪਰਫਾਰਮੈਂਸ, ਪੰਜਾਬੀ ਫੋਕ ਡਾਂਸ ਭੰਗੜਾ ਪ੍ਰੈਜੈਂਟਿੰਗ ਬਿਗੇਸਟ ਨੰਬਰ 1 ਐਂਡ ਦ ਪ੍ਰੋਫੈਸ਼ਨਲ ਡੀਜ਼ੀ। ਅਸੀਂ ਅੱਜ ਦੇ